जिला चबोंबो दे पिंड लुकाटा दा इह प्राइमरी स्कूल है। इस स्कूल दे विच 9 जमातां दे विच 675 दे करीब विद्यार्थी हन। विच पीण वाले पानी दा बिल्कुल प्रबंध नहीं सी। तुसीं देख रहे हो कि बिल्कुल सुक्का इह इलाका है ते नेड़े तों नेड़े जिहड़ा इहनां दे पीण वाला पानी सी उह 5 किलोमीटर दूर है। इह जिहड़े विद्यार्थी ने इह घरों जो भी भांडा इहनां नूं मिलदा सी कोई बोतल जां जो भी उहदे च अपना पानी भर के लियांदे सी ते इह शहर तों बड़ी दूर है ते इत्थे अध्यापक वी कोई आके नहीं सी रहिंदा क्योंकि इह मुल्क दे विच ज्यादातर अध्यापक स्कूलों के नेड़े ही वसते ने आके जिवें तुसीं देख रहे हो छोटे छोटे पिछे मकान बने हुए ने इन्हां च ही आके वसते ने। इत्थों बसों बड़ी खिलर के वसी हुई है ते उह जिहड़े अध्यापक फिर इत्थे रहना चंगा नहीं सी समझदे उह अपनी बदली किसी होर स्कूलों च करवा लैंदे हुंदे सी क्योंकि इत्थे जिहड़े ढुकवें प्रबंध है नहीं सी। इत्थे खालसेट वल्लों सोलर पावर्ड सबवर्सिबल बोर लवाया गया। इत्थे आपां टावर ते खड़े हां जी हुण इत्थे इह 5,000 लीटर दे वड्डे जिहड़े टैंकियां लाईआं गईआं ने। 10,000 लीटर पानी दा रिजर्वियर है। इह पंप जिहड़े हैगे ने दिने दिने चलदे ने ते इहनां च ऑटो कट सिस्टम लग्गिआ होइआ जदों टैंकियां भर जांदीआं ने पंप रुक जांदा। हुण इहदे नाल पीण वाला पानी तां मुहैया ਹੋ ਗਿਆ ਸਕੂਲ ਦੇ ਵਿੱਚ ਪਰ ਇਹਦੇ ਨਾਲ ਹੋਰ ਕੀ ਹੋਣਾ ਆ। ਇੱਥੇ ਜਿਹੜੇ ਬੱਚੇ ਵਸਦੇ ਨੇ ਆ ਕੇ ਜਾਂ ਇੱਥੇ ਇਹਨਾਂ ਨੂੰ ਇੱਕ ਡੰਗ ਦਾ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਜਾਂਦਾ। ਹੁਣ ਪੈਸਾ ਨਾ ਹੋਣ ਕਰਕੇ ਗਰੀਬੀ ਹੋਣ ਕਰਕੇ ਉਹ ਨਹੀਂ ਹੁੰਦਾ ਪਰ ਹੁਣ ਸਕੂਲ ਦੇ ਵਿੱਚ ਇੱਥੇ ਇਹਨਾਂ ਸਕੂਲਾਂ ਕੋਲ ਜ਼ਮੀਨ ਹੈਗੀ ਆ ਤੇ ਇਹਨਾਂ ਨੂੰ ਬਾਗਬਾਨੀ ਵਾਂਗੂੰ ਫਲਦਾਰ ਬੂਟੇ ਲਾ ਕੇ ਦੇ ਰਹੀ ਹੈ ਜੀ 50 ਜਿਨ੍ਹਾਂ ਦੇ ਵਿੱਚ ਅੰਬ ਹੈ ਇੱਥੇ ਆਵਾਕਾਡੋ ਬੜਾ ਹੁੰਦਾ ਸੰਤਰੇ ਨੇ ਤੇ ਇਹੋ ਜਿਹੀਆਂ 2 ਕਿਸਮਾਂ ਹੋਰ ਨੇ ਜੀ ਇੱਥੋਂ ਦੀਆਂ ਲੋਕਲ ਉਹ ਫਲਦਾਰ ਬੂਟੇ ਲਾਏ ਜਾ ਰਹੇ ਨੇ ਤਾਂ ਕਿ ਜਦੋਂ ਉਹ 3 ਸਾਲਾਂ ਦੇ ਵਿੱਚ ਕ੍ਰਾਫਟਡ ਬੂਟੇ ਨੇ ਕਲਮੀ ਤਿਆਰ ਕੀਤੇ ਹੋਏ ਬੂਟੇ ਨੇ ਜਦੋਂ ਤਿਆਰ ਹੋ ਗਏ ਤਾਂ 3 ਸਾਲਾਂ ਦੇ ਵਿੱਚ ਉਹਨਾਂ ਨੇ ਫਲ ਦੇਣਾ ਸ਼ੁਰੂ ਕਰ ਦੇਣਾ ਇਹ ਬੱਚੇ ਇੱਥੋਂ ਆਪਣਾ ਫਲ ਛੱਡ ਸਕਣ। ਇੱਥੇ ਇੱਕ ਗਾਰਡਨ ਤਿਆਰ ਕੀਤਾ ਜਾ ਰਿਹਾ ਹੈ ਜਿਹਦੇ 'ਚ ਇਹਨਾਂ ਨੂੰ ਸਬਜ਼ੀਆਂ ਕਿਵੇਂ ਉਗਾਉਣੀਆਂ ਨੇ ਉਹਦੇ ਲਈ ਬੀਜ ਲੈ ਕੇ ਦਿੱਤੇ ਜਾ ਰਹੇ ਨੇ ਅਤੇ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਸਕੂਲ ਦੇ ਵਿੱਚ ਵਰਤਾਇਆ ਜਾਣ ਵਾਲਾ ਜਿਹੜਾ ਭੋਜਨ ਹੈ ਪਕਾਈ ਜਾਣ ਵਾਲਾ ਜਿਹੜੀ ਰੋਟੀ ਹੈ ਉਹ ਇੱਥੇ ਹੀ ਉਗਾਈ ਜਾ ਸਕੇ ਸਬਜ਼ੀ ਭਾਜੀ ਤਾਂ ਕਿ ਜੇ ਪੈਸਾ ਨਾ ਹੋਵੇ ਤਾਂ ਇਹ ਇਸ ਗੱਲੋਂ ਬੈਠੀ ਨਾ ਰਹਿਣ ਕਿ ਵੀ ਫੰਡਿੰਗ ਨਹੀਂ ਆਈ। ਇਹ ਆਪ ਉਹਦਾ ਪ੍ਰਬੰਧ ਕਰ ਸਕਦੇ ਹੋਣ ਉਸ ਬਾਬਤ ਇੱਥੇ ਇਹਨਾਂ ਨੂੰ ਜਿਹੜਾ ਉਹ ਔਰਚਿਡ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਤਿਆਰ ਕੀਤਾ ਜਾਣਾ ਬੂਟੇ ਲਾਏ ਜਾਣੇ ਆ ਅਤੇ ਇੱਥੇ ਉਹ ਪਾਣੀ ਦੀ ਕਿੱਲਤ ਹੋਣ ਕਰਕੇ ਪਹਿਲਾਂ ਇਹਨਾਂ ਵੱਲੋਂ ਇਹ ਕੋਸ਼ਿਸ਼ ਨਹੀਂ ਸੀ ਕੀਤੀ ਕਿ ਹੁਣ ਪਾਣੀ ਹੋਣ ਕਰਕੇ ਪ੍ਰਬੰਧ ਹੋਣ ਕਰਕੇ ਇਹ ਉਪਰਾਲਾ ਇਹਨਾਂ ਵੱਲੋਂ ਲਿਆ ਜਾਊਗਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।